यूट्यूब देख रहे सारे प्यारे दर्शकों मेरे जानी शाद पंजाबी वालों सत श्री अकाल दुआ सलाम नमस्कार। ढेसी एंटरटेनमेंट म्यूजिक कंपनी और किंदा ढेसी वालों पेश किया जा रहा प्रोग्राम द ग्रेट पंजाबी शो में तुहाडा स्वागत है। आओ अज असी तुहानू उस कलाकार नाल मिला रहे हैं जिसने लेखनी विच गीतकारी विच भी धुम्मां पाईआं ते हिक दे जोर नाल गा के पंजाबियों के दिलों पर राज भी किया। मेरी मुराद है मंगी माल क्योंकि गायकी जी पैसे तो बिना तो हो नहीं सकती भाजी। सोशल मीडिया से कलाकारां दे विचकार जिहड़े उन्हां दे फैन ने वो आपस में ही बहुत ज़्यादा गाली गलोच हो रहे हैं, उन्हां बारे तुहाडा की कहना है? देखो जी, ये मैं तो एको गल कहूँगा वीप कूफी तो कलाकारां नूं भी जिहड़ी है जबान है ना जी जी, ये बहुत वड्डी चीज़ है। यही छत्तर पवा दिंदी है, यही हार पवा दिंदी है। ਉਹਦਾ ਮਤਲਬ ਇਹ ਨਹੀਂ ਕਿ ਜੇ ਦੌਲਤਾਂ ਸ਼ੌਰਤਾਂ ਮਿਲ ਗਈਆਂ ਆ ਤਾਂ ਰੱਬ ਨੂੰ ਜੱਬ ਕਹਿਣ ਲੱਗ ਪਓ, ਉੱਪਰ ਨੂੰ ਥੁੱਕਣ ਲੱਗ ਪਓ। ਦਿੱਲੀ ਦੇ ਵਿੱਚ 84 ਦੇ ਵਿੱਚ ਜਿੱਥੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਜੀ, ਅੱਜ ਉੱਥੇ ਉਹੀ ਸਿੱਖ ਲੋਕਾਂ ਨੂੰ ਸਾਹ ਦੇ ਰਹੇ ਨੇ, ਲੋਕਾਂ ਨੂੰ ਆਕਸੀਜਨ ਦੇ ਰਹੇ। ਦੇਖੋ, ਇਹ ਸਾਡੀ ਮਾਰਸ਼ਲ ਕੌਮ ਆ, ਪੰਜਾਬੀਆਂ ਦੀ ਕੌਮ ਆ। ਤੁਸੀਂ ਇਹ ਦੇਖੋ ਕਿ ਧੱਕਾ ਕਿੰਨਾ ਹੁੰਦਾ ਹੁੰਦਾ। ਤੁਸੀਂ ਗਾਇਕ ਨਾ ਬਣਦੇ ਤਾਂ ਫਿਰ ਤੁਸੀਂ ਕੀ ਹੁੰਦੇ ਇਸ ਪਰ ਮੰਗੀ ਮਾਲ ਕੀ ਹੁੰਦਾ? ਅੱਜ ਗੋਰੇ ਵੀ ਕਹਿ ਰਹੇ ਆ ਕਿ ਆਹ ਜਿਹੜੇ ਆ ਪੱਗਾਂ ਵਾਲੀ ਜਿਹੜੀ ਕੌਮ ਆ ਇਹ ਹਰ ਸ਼ਹਿਰ 'ਚ ਹੋਣੀ ਚਾਹੀਦੀ ਹੈ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦਾ ਗ੍ਰੇਟ ਪੰਜਾਬੀ ਸ਼ੋਅ ਦੇਖਣ ਵਾਲੇ ਜਿੰਨੇ ਦਰਸ਼ਕ ਆ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਔਰ ਕਿੰਦਾ ਢੇਸੀ ਦੀ ਸਾਰੀ ਟੀਮ ਨੂੰ ਬੜੀ ਮੁਬਾਰਕਬਾਦ ਨਵਾਂ ਪ੍ਰੋਗਰਾਮ ਸ਼ੁਰੂ ਕਰਨ 'ਤੇ। ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸਤਿ ਸ਼੍ਰੀ ਅਕਾਲ ਭਾਅ ਜੀ, ਕਿਵੇਂ ਸ਼ੁਰੂ ਕੀਤਾ ਆਪਣਾ ਸਫ਼ਰ ਗਾਇਕੀ ਦਾ? ਮੇਰਾ ਜੀ ਬੜਾ ਮੁਬਾਰਕ ਜਿਹਾ ਛੋਟਾ ਜਿਹਾ ਪਿੰਡ ਆ ਜਲੰਧਰ ਤੋਂ ਨਕੋਦਰ ਰੋਡ 'ਤੇ ਲੋਹਾਰ ਪ੍ਰਤਾਪਰਾ ਲੋਹਾਰਾ ਮੇਰਾ ਪਿੰਡ ਆ, ਲਾਂਬੜੇ ਦੇ ਲਾਗੇ। ਮੇਰੇ ਪਿਤਾ ਸਰਦਾਰ ਸੁਰਜੀਤ ਸਿੰਘ ਪਿੰਡ ਦੇ ਸਰਪੰਚ ਸੀਗੇ, ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਨਹੀਂ ਗੇ ਜੀ। ਸੁਰਜੀਤ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਮੈਂ ਪੈਦਾ ਹੋਇਆ। ਚਾਰ ਭੈਣ ਭਾਈਆਂ ਦੇ ਵਿੱਚੋਂ ਦੂਸਰੇ ਨੰਬਰ 'ਤੇ ਮੈਂ, ਦੋ ਮੇਰੀਆਂ ਸਿਸਟਰਾਂ, ਦੋ ਮੇਰੇ ਬ੍ਰਦਰ ਨੇ। ਇਸੇ ਪਿੰਡ ਦੇ ਵਿੱਚ ਖੇਡਦੇ ਹਾਂ, ਜਵਾਨ ਹੋਇਆ ਜੀ। ਕਹਿੰਦੇ ਮਾਂ ਦੀ ਹੱਲਾ ਸ਼ੇਰੀ ਪੁੱਤ ਨੂੰ ਸ਼ੇਰ ਬਣਾ ਦਿੰਦੀ। ਮਾਂ ਦੀਆਂ ਦਵਾਵਾਂ ਸਦਕਾ ਮਿੱਤਰਾਂ ਦੀਆਂ ਸ਼ਾਬਾਸ਼ ਜਿਹੜੀਆਂ ਸੀਗੀਆਂ ਹੱਲਾ ਸ਼ੇਰੀਆਂ ਦੇ ਨਾਲ ਇਹ ਸਫ਼ਰ ਜਿਹੜਾ ਆ ਇਹ ਜਲੰਧਰ ਲਾਇਲਪੁਰ ਖਾਲਸਾ ਕਾਲਜ ਅਤੇ DAV ਕਾਲਜ ਤੱਕ ਲੈ ਕੇ ਗਿਆ। ਅਤੇ ਇਹ ਜਿੱਦਾਂ ਜਿੱਦਾਂ ਮੈਂ ਜਵਾਨ ਹੁੰਦਾ ਗਿਆ ਉਦੋਂ ਉਦੋਂ ਮੇਰਾ ਜਿਹੜਾ ਸਫ਼ਰ ਗਾਂਹ ਜਾਂਦਾ ਰਿਹਾ। ਪ੍ਰੋਫੈਸ਼ਨਲ ਤੌਰ 'ਤੇ ਮੈਂ ਜਿਹੜਾ ਆ ਉਹ 99 ਦੇ ਵਿੱਚ ਇਸ ਲਾਈਨ ਦੇ ਵਿੱਚ ਆ ਗਿਆ ਜੀ। ਪਹਿਲੀ ਆਪਣੀ ਭਾਈ ਕਿਹੜੀ ਕੈਸਟ ਆਈ? ਤੂੰ ਸਾਨੂੰ ਕਿਵੇਂ ਭੁੱਲ ਗਈ, ਇੱਕ ਕੈਸਟ ਆਈ ਸੀ ਉਹਦੇ ਵਿੱਚ ਨਿਰਮਲ ਸਿੱਧੂ ਜੀ, ਰਣਜੀਤ ਮਣੀ ਜੀ, ਪਰਮਿੰਦਰ ਸੰਧੂ, ਕਾਫੀ ਪੁਰਾਣੇ ਕਲਾਕਾਰ ਸੀਗੇ। ਉਹਨਾਂ ਦੇ ਵਿੱਚ ਸਾਨੂੰ 3-4 ਬੰਦਿਆਂ ਨੂੰ ਨਵਿਆਂ ਨੂੰ ਮੌਕਾ ਮਿਲਿਆ ਸੀ ਅਤੇ ਲੱਕੀ ਸੀਗਾ ਮੈਂ ਕਿ ਮੇਰਾ ਜਿਹੜਾ ਗੀਤ ਆ ਉਹ ਟਾਈਟਲ ਬਣਿਆ ਜੀ। ਮੇਰਾ ਗੀਤ ਚੰਗਾ ਉਹਨਾਂ ਨੂੰ ਲੱਗਾ, ਪੈਰੀਟੋਨ ਕੰਪਨੀ ਸੀ ਉਦੋਂ, ਬਹੁਤ ਵਧੀਆ ਕੰਪਨੀ ਸੀ ਉਹਨਾਂ ਨੇ ਹਾਂਜੀ, ਅਤੇ ਮੇਰਾ ਗੀਤ ਜਿਹੜਾ ਉਹ ਟਾਈਟਲ ਜਿਹੜਾ ਤੂੰ ਸਾਨੂੰ ਕਿਵੇਂ ਭੁੱਲ ਗਈ ਬਣਿਆ। ਭਾਅ ਜੀ, ਇਸ ਕੰਮ ਦੇ ਵਿੱਚ ਫਿਰ ਆਪਾਂ ਉਸਤਾਦ ਵੀ ਧਾਰਿਆ ਜੀ, ਕਿੱਦਾਂ? ਉਸਤਾਦ ਜ਼ਿੰਦਗੀ ਦੇ ਵਿੱਚ ਮੈਂ ਸਿੱਖਿਆ ਬਹੁਤ ਲੋਕਾਂ ਦੇ ਕੋਲੋਂ ਆ। ਰੋਜ਼ ਜਿਹੜੀ ਜ਼ਿੰਦਗੀ ਤੁਹਾਨੂੰ ਸਿੱਖਣ ਲਈ ਆ, ਮੈਂ ਅੱਜ ਵੀ ਸਟੂਡੈਂਟ ਹਾਂ ਮੈਂ, ਹਾਂਜੀ ਹਾਂਜੀ, ਮੈਂ ਜਦੋਂ ਦਾ ਤੁਰਿਆ ਆ ਮੈਂ ਸਿੱਖ ਹੀ ਜਾਂਦਾ ਹਾਂ। ਅਤੇ ਹੋ ਸਕਦਾ ਮੈਂ ਤੁਹਾਡੇ ਕੋਲੋਂ ਕੋਈ ਸਿੱਖ ਜਾਵਾਂ, ਤੁਸੀਂ ਵੀ ਮੇਰੇ ਉਸਤਾਦ ਹੀ ਹੋਵੋਗੇ। ਤਾਂ ਮੈਂ ਇੱਕ ਵਿਦਿਆਰਥੀ, ਇੱਕ ਸਟੂਡੈਂਟ ਬਣ ਕੇ ਚੱਲਿਆ ਜ਼ਿੰਦਗੀ ਦੇ ਵਿੱਚ, ਅਤੇ ਮੈਂ ਬਹੁਤ ਲੋਕਾਂ ਤੋਂ ਸਿੱਖਿਆ। ਜੇ ਮੈਂ ਨਾਂ ਲੈਣ ਲੱਗਾ ਤਾਂ ਬੜੀ ਲੰਬੀ ਲਿਸਟ ਹੋ ਜੂਗੀ। ਅਤੇ ਜੇ ਰਸਮੀ ਉਸਤਾਦ ਸ਼ਗਿਰਦ ਦੀ ਜਿਹੜੀ ਗੱਲ ਕਰੂੰ ਉਹ ਮੈਂ ਹਜੇ ਧਾਰਨਾ ਨਹੀਂ ਕੀਤੀ ਕਿਸੇ ਨਾਲ, ਮੈਂ ਹੁਣ ਕਰੂੰਗਾ, ਪਰ ਮੈਂ ਸਿੱਖੀ ਜਾਂਦਾ ਨਿਰੰਤਰ, ਜਿਹੜਾ ਸਿੱਖੀ ਜਾਂਦਾ ਇਨਸਾਨ ਸਿੱਖਦਾ ਜੀ ਰੋਜ਼ ਜੀ ਜੀ। ਅਤੇ ਇਹ ਸਫ਼ਰ ਵਿੱਚ ਬੜੀਆਂ ਔਕੜਾਂ ਵੀ ਆਈਆਂ ਹੋਣਗੀਆਂ? ਦੇਖੋ, ਜ਼ਿੰਦਗੀ ਦਾ ਜਿਹੜਾ ਸਫ਼ਰ ਆ ਕਿਸੇ ਵੀ ਫੀਲਡ ਦੇ ਵਿੱਚ ਆ ਉਹਦੇ ਵਿੱਚ ਔਕੜਾਂ ਤਾਂ ਆਉਣੀਆਂ ਹੁੰਦੀਆਂ, ਉਹਦੇ ਵਿੱਚ ਠਿੱਬੀਆਂ ਲਾਉਣ ਵਾਲੇ ਲੋਕ ਵੀ ਬਹੁਤ ਹੁੰਦੇ ਨੇ, ਕੋਈ ਸਾਨੂੰ ਦੱਸੋ, ਉਂਗਲਾਂ ਫੜ ਕੇ ਜਿਹੜੇ ਉਹ ਤੁਰਾਉਣ ਵਾਲੇ ਲੋਕ ਵੀ ਬਹੁਤ ਹੁੰਦੇ ਨੇ। ਅਤੇ ਜ਼ਿੰਦਗੀ ਦੇ ਸਟਾਰਟਿੰਗ ਸਫ਼ਰ ਦੇ ਵਿੱਚ ਭਲਵਾਨ ਤਿਲਕਰਾਜ, ਰਜੇਸ਼ ਵਾਘਾ, ਆਪਣੇ ਸਰਬਜੀਤ ਮੰਡ ਕੈਨੇਡਾ ਬੈਠੇ ਨੇ, ਅਤੇ ਦਿਲਬਾਗ ਮਾਲ ਜਿਹੜਾ ਮੇਰਾ ਭਰਾ ਆ ਛੋਟਾ ਜੀ ਜੀ,
इंग्लैंड बैठा हाँ क्योंकि गायकी जी पैसे तो बिना तो हो नहीं सकती पैसे तो बिना नहीं ठीक है ना तो बड़ा इन्होंने लोगों ने मेरा साथ दिता मेरे भरा यार सारे सज्जन नहीं मैं कह सकता दोस्त नहीं सारे भरा आ मेरे बड़ा इन्होंने मेरा साथ दिता भाजी सोशल मीडिया से कलाकारां दे विचकार जिहड़े उन्हां दे फैन ने वह आपस में ही बहुत ज़्यादा गाली गलोच हो रहे हैं उन्हां बारे तुहाडा की कहना देखो जी ये मैं तो एक गल कहूँगा बेवकूफी है जिहड़ा कलाकार है वह प्यार मुहब्बत मंडन लई आ नफरत मंडन लई नहीं तो जिहड़े उहदे सुनने वाले भी आ उहनां नूं भी नफरत नहीं जिहड़ी मंडनी चाहिए एक दूजे विच बैर विरोध नहीं रखना चाहिए तो कलाकारां नूं भी जिहड़ी आ जबान है ना जी जी ये बहुत वड्डी चीज़ है यही छत्तर पवा दी यही हार पवा दी है बिल्कुल ठीक है जी तो यू थोड़ा जहा काबू में रख के चलना चाहिए जे रब ने शौहरत दौलत दे दी हैं तो थोड़ा जहाँ हजम कर जो माधा भी होना चाहिए वह मतलब ये नहीं कि जो दौलत शौहरत मिल गई हैं तो रब न जब कह लग पो उपर थुकन लग पो ठीक है ना इस करके मैनू लगता कि जो कलाकार अपनी जबान पर भी थोड़ा जहा काबू बिल्कुल भाजी जो कल घर होंगे हो फैमिली कित गई हो तो तुसी कदे अपने घर का काम किया जिवें भांडे धोने जां जिवें रोटी बनाउणी देखो इदां दा तां कदी माहौल नहीं बनिया भी मैं घर च कल्ला आया तां चाह जी बनाउणी होवे किते मेरा दिल करदा मैं चाह बना के जरूर पी लैंदा रोटी नहीं बनाई नहीं नहीं रोटी मैं नहीं बनाई मैं भी झूठ क्यों बोलां ठीक है उंज घर दे काम नहीं कर रिहा तां हाँ मैं चिकन चुकन बना लैंदा जे मेरा दिल करे किते ठीक कुकिंग कर लैंदा हाँ कुकिंग माड़ी मोटी कर लैंदा हाँ अपने भाजी विदेशी टूर भी तुहाडे बहुत लगे होंदे विदेशों के बहुत ज़्यादा टूर लगे जी मैं लगता कोई घट ही कितने कंट्रियां रह गई हो जिते ना पंजाबी रेंदे हो तकरीबन बहुत कंट्रियां कनेडा अमेरिका देखो मेन कंट्रियां तो यही है कनेडा अमेरिका न्यूजीलैंड इंग्लैंड पूरा यूरोप ला लो दुबई ला लो बहरीन इदा दिनिया कंट्रियां सारिया कंट्रियां देखो जिते पंजाबी वसते हैं जी जी पंजाबियों की एक खासियत आ दुनिया के गए ने अपना खाना अपना बाना तो अपना गाना लैके गए ने सो जिथे ये चल गए ने उथे एक नवा पंजाब बस गया क्योंकि साडियां गवर्नमेंटां ने बड़ी कोशिश की पंजाबियों नूं ढा लाउण दी पंजाबी नूं ढा लाउण दी ठीक है जी तो ये सफर नहीं हो सके क्योंकि साढ़े तो एक बड़ी गुरुआ की बख्शिश आ बाबे नानक दे वारस आ असीं इस ये बड़ी मुबारक धरती आ तो साडे लोग जिथे भी गए आ उत्थे पंजाब नवा बस बस गया है पंजाब नूं की खत्म करनगे नहीं करना पंजाबी नूं की खत्म करनगे पंजाबी तो दुनिया के उत्ते हुण राज कर रही है ठीक है तो दुनिया के उत्ते पंजाब बसिया पिया तुसीं देखो आ जिहड़ी करोना की त्रासदी आई है हाँ जी इहदे विचों पंजाबियों ने जिहड़ा पूरी दुनिया से नवाणा खटिया बिल्कुल जी अज गोरे भी कह रहे हैं कि आ जिहड़े आ पग्गां वाली जिहड़ी कौम आ इह हर शहर च होणी चाहीदी है इह लोक होण साडे शहर च क्योंकि जिन्नी इन्हां लोकां ने सेवा कीती आ फिर लोगों ने ऑक्सीजन के लंगर लाते फिर जिन्होंने कोई संस्कार नहीं सी करता उन्होंने संस्कार किए हैं मैं अज एक वीडियो देखता सीगा एंबूलेंस का दो तरह की इस ए दो तरह के लोग होए ने एक रब बन के टकरे ने एक जब बन के टकरे ने जिहड़े व्यापारी सीगे उन्होंने इस दौर दे विच व्यापार किया टीके डबल ट्रिपल लैट के टीके बेचे आ जिन्नियां दवाइयां सी डबल डबल रेटा के लोगों को ठगिया लुटिया एक वो लोग से जिन्होंने अपने प्लांट गड्डिया बेच के भी जिहड़ियां लोगों की मानवता लई लाती उन्होंने लोगों का नाँ आ पंजाबी वो है सिख सरदार ठीक है जी उन्होंने पूरी दुनिया के उत्ते साबित करता कि असी बाबे नानक दे वारस हाँ ठीक है जी तो असी सेवा भावना साढ़े विच है असी सरबत का भला मंग रहे हैं ये भी गल नाल आ कि जिहड़ा सेवा की ये नहीं की कि सरदार है तो करनी ना चाहे वह मुसलमान होवे चाहे हिंदू होवे क्रिश्चन होवे कोई भी होवे मोहरे होवे जिहड़ी सेवा की है ठीक है अज बाबे नानक दे वारसां ने अपने आप का दस्सिया कि असी कौन आ भाजी मैं तो उही गल कर रहा है कि दिल्ली दे विच 84 दे विच जिथे सिखां दा कतलेआम किया गया सी जी अज उच्चे उही सिख लोगों नूं साह दे रहे ने लोगों नूं ऑक्सीजन दे देखो इह साडी मार्शल कौम आ पंजाबियों की कौम आ तुसीं इह देखो कि धक्का किहना हुंदा हुंदा जी जिहड़ा जुल्म किहते हुंदा हुंदा जुल्म हमेशा उत्ते हुंदा हुंदा जिहड़ा समय दीआं हुकूमतां ते सरकारां दे नाल मोहरे होके खड़दा मोहरे होके लड़दा आवाज़ उहदी हाँ उहदे जिहड़े जिहड़े काम गलत हुंदे उहदी विरोधता करदा हमेशा पंगा तो उहनां पऊगा ना उहदे नाल ठीक है ना उहनां की पंगा पैणा असीं मार्शल कौम आ असीं बर्दाश्त नहीं करदे चाहे जिहड़ी मर्जी गौरमेंट होवे जे गलत आ तां गलत कहिण दी जुणत रखदा पंजाबी
अच्छा भाजी तुहानू तो सारी दुनिया पसंद करती, सारे पंजाबी जिथे तक है तुहानू पसंद करते, तुहाडे गाणियां नू पसंद करते, ते मंगी माल किहनू पसंद कर? मैं हर उस इंसान नू पसंद करदा जिहड़ा चंगा गाउंदा ते चंगे रिश्तियां ते गाउंदा। देखो मैं अपनी जिंदगी दे विच रोजी रोटी कमाउण दे लई ਤੁਹਾਨੂੰ ਗੀਤ ਨੱਚਣ ਟੱਪਣ ਵਾਲੇ ਸਾਰੇ ਤਰ੍ਹਾਂ ਦੇ ਗਾਉਣੇ ਪੈਣੇ ਆ, ਪਰ ਨਾਲ ਨਾਲ ਕਿਤੇ ਰਿਸ਼ਤਿਆਂ ਦੀਆਂ ਗੱਲਾਂ ਵੀ ਜ਼ਰੂਰ ਹੋਣੀਆਂ ਚਾਹੀਦੀਆਂ, ਜਿਹੜੀਆਂ ਉਹ ਮਨਫੀ ਹੋ ਚੁੱਕੀਆਂ, ਖਤਮ ਹੋ ਗਈਆਂ ਹੁਣ ਗੀਤਕਾਰੀ ਦੇ ਵਿੱਚੋਂ। ਕਿਤੇ ਗੱਲ ਮਾਂ ਦੀ ਕਰੋ, ਕਿਤੇ ਗੱਲ ਪਿਓ ਦੀ ਕਰੋ, ਕਿਤੇ ਗੱਲ ਬਜ਼ੁਰਗਾਂ ਦੀ ਹੋਵੇ, ਕਿਤੇ ਪਰਦੇਸੀ, ਇੱਦਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਮੈਂ ਹਮੇਸ਼ਾ ਆਪਣੇ ਗੀਤਾਂ ਦੇ ਵਿੱਚ ਕਰਦਾ ਰਹਿੰਦਾ। ਭਾਜੀ ਮੈਨੂੰ ਤੁਹਾਡਾ ਮਾਂ ਵਾਲਾ ਗੀਤ ਬਹੁਤ ਸੋਹਣਾ ਲੱਗਦਾ, ਜੇ ਤੁਸੀਂ ਦੋ ਚਾਰ ਲਾਈਨਾਂ ਸਾਨੂੰ ਸਾਡੇ ਸਰੋਤਿਆਂ ਨੂੰ ਸੁਣਾਓ ਤਾਂ ਬੜੀ ਤੁਹਾਡੀ ਮਿਹਰਬਾਨੀ। ਚੱਲ ਮਾਂ ਚੱਲ ਉੱਠ ਸ਼ਹਿਰ ਨੂੰ ਚੱਲੀਏ, ਤੇਰੇ ਪੁੱਤ ਨੇ ਲੈ ਲਈ ਕੋਠੀ, ਮਾਂ ਕਹਿੰਦੀ ਮੈਂ ਨਹੀਂ ਜਾਣਾ ਬੱਚਿਆ, ਲੈ ਜਾ ਆਪਣੀ ਵਹੁਟੀ, ਮੈਂ ਕਿਵੇਂ ਦੱਸ ਸ਼ਹਿਰ 'ਚ ਵੱਸ ਜਾ, ਛੱਡ ਕੇ ਠੰਡੜੀ ਸ਼ਾਮਾਂ ਪਿੰਡ ਨਹੀਂ ਛੱਡਦੀ, ਓਏ ਮੈਂ ਨਹੀਂ ਛੱਡਦਾ ਮਾਂ ਪਿੰਡ ਨਹੀਂ ਛੱਡਦੀ, ਤੜਕੇ ਉੱਠ ਕੇ ਪਾਠ ਮਾਂ ਕਰਦੀ, ਸੁਣਦੀ ਏ ਗੁਰਬਾਣੀ, ਚਾਹ ਬਣਾ ਕੇ ਪਾ ਲੈਂਦੀ ਏ ਚਾਟੀ ਵਿੱਚ ਮਦਾਣੀ, ਚਾਹ ਬਣਾ ਕੇ ਪਾ ਲੈਂਦੀ ਏ ਚਾਟੀ ਵਿੱਚ ਮਦਾਣੀ, ਦੁੱਧ ਪੀਣ ਨੂੰ ਰੱਖੇ ਲਵੇਰੇ, ਦੁੱਧ ਪੀਣ ਨੂੰ ਰੱਖੇ ਲਵੇਰੇ, ਮੱਝ ਰੱਖੀ ਇੱਕ ਗਾਂ ਪਿੰਡ ਨਹੀਂ ਛੱਡਦੀ, ਓਏ ਮੈਂ ਨਹੀਂ ਛੱਡਦਾ ਮਾਂ ਪਿੰਡ ਨਹੀਂ ਛੱਡਦੀ। ਮੰਗੀ ਮਾਲ ਜੇ ਮਾਪੇ ਅੰਗ ਸੰਗ ਤਾਂ ਹੀ ਇਹ ਸਰਦਾਰੀ, ਲੱਖ ਬਣਾ ਲਓ ਕੋਠੀਆਂ ਸ਼ਹਿਰ 'ਚ, ਘੁੰਮ ਲਓ ਦੁਨੀਆ ਸਾਰੀ, ਆਪਣੇ ਪਿੰਡ ਵਰਗੀ ਨਹੀਂ ਮਿੱਤਰੋ ਜੱਗ 'ਤੇ ਕੋਈ ਥਾਂ, ਮਾਂ ਪਿੰਡ ਨਹੀਂ ਛੱਡਦੀ ਅਤੇ ਮੈਂ ਨਹੀਂ ਛੱਡਦਾ ਮਾਂ। ਅੱਛਾ ਭਾਜੀ ਸਾਰੀ ਦੁਨੀਆ ਵਿੱਚ ਤੁਸੀਂ ਆਪਣਾ ਨਾਂ ਕਮਾਇਆ, ਅਤੇ ਜੇ ਤੁਸੀਂ ਗਾਇਕ ਨਾ ਬਣੋ ਤਾਂ ਫਿਰ ਤੁਸੀਂ ਕੀ ਹੁੰਦੇ ਇਸ ਟਾਈਮ, ਮੰਗੀ ਮਾਲ ਕੀ ਹੁੰਦਾ?